ਇਹ ਤੇ ਉਮਰ ਦਾ ਦੌਰ ਹੋਵੇ ਤੇ ਫਿਰ ਦਰਿਆ ਕੋ ਪੁੱਛਿਆ ਜਾਏ ਤੇਰੇ ਕਿਨਾਰੇ ਬੱਕਰੀ ਦਾ ਬੱਚਾ ਪਿਆਸਾ ਮਰਿਆ, ਉਹਨੇ ਕਿਹਾ ਕਿਵੇਂ ਮਰਿਆ, ਉਮਰ ਜੋ ਮੌਜੂਦ ਹੈ ਕਿਵੇਂ ਮਰਿਆ। ਚੱਲਿਓ ਕੋਈ ਸਾਡਾ ਕਿਸੇ ਨਾਲ ਮਸਲਾ ਨਹੀਂ, ਸਾਡਾ ਮਸਲਾ ਸਿਰਫ ਰਸੂਲullah ਦਾ ਦੀਨ, ਬਸ ਸਾਡਾ ਮਸਲਾ ਸਿਰਫ ਹਜ਼ੂਰ ਦਾ ਦੀਨ ਹੈ। ਕਿਸੇ ਨੂੰ ਦਰਦ ਹੋਵੇ ਲੱਖ ਵਾਰੀ ਹੋਵੇ ਕਰੋੜ ਵਾਰੀ ਹੋਵੇ, ਕਿਸੇ ਪਰੇਸ਼ਾਨ ਹੋਵੇ ਤੇ ਕਰੋੜ ਵਾਰੀ ਹੋਵੇ ਪਰੇਸ਼ਾਨ, ਸਾਨੂੰ ਸਿਰਫ ਰਸੂਲullah ਦਾ ਦੀਨ ਦਾ ਦਰਦ ਹੈ, ਉਹ ਨਾਫਿਜ਼ ਕਰ ਦਿਓ। ਮੈਂ ਰਾਹੀਲ ਨੂੰ ਨਹੀਂ ਸੀ ਕਿਹਾ ਜੀ, ਇਹ ਤਾਰੀਖ 'ਚ ਲਿਖਿਆ ਜਾਏਗਾ। ਮੈਂ ਰਾਹੀਲ ਨੂੰ ਕਿਹਾ ਸੀ, ਮੈਂ ਕਿਹਾ ਤੂੰ ਆਪਣੀ ਪਾਵਰ ਇਸਤੇਮਾਲ ਕਰਕੇ ਮੁਮਤਾਜ਼ ਨੂੰ ਛੋੜ ਦੇ, ਕੁਫਰ ਨਾ ਡਹਿ ਪਿਆ ਤਾਂ ਮੈਨੂੰ ਕਹਿਣਾ ਪੂਰੀ ਦੁਨੀਆ ਤੇ ਪਾਕਿਸਤਾਨ ਤੂੰ ਗੱਲ ਕਰਨਾ, ਦੁਨੀਆ ਤੁਹਾਡੇ ਪੈਰਾਂ 'ਚ ਨਾ ਆਈ ਫਿਰ ਗੱਲ ਕਰਨਾ, ਸਿਰਫ ਹਜ਼ੂਰ ਵਾਸਤੇ ਛੱਡ ਦੇ। ਉਹਨਾਂ ਨੂੰ ਕਹਿ ਓਏ ਇਹਨੇ ਹਜ਼ੂਰ ਦੀ ਇੱਜ਼ਤ ਉੱਤੇ ਪੈਰਾ ਦਿੱਤਾ, ਇਹ ਹੈ ਮੁਮਤਾਜ਼, ਮੈਂ ਖੁਦ ਤੂੰ ਜੇਲ੍ਹ 'ਚ ਜਾ, ਮੁਮਤਾਜ਼ ਦਾ ਹੱਥ ਪਕੜ ਕੇ ਬਾਹਰ ਸਿਰਫ ਤਸਵੀਰ ਖਿਚਾ, ਪੂਰਾ ਕੁਫਰ ਟੁੱਟ ਨਾ ਗਿਆ ਤਾਂ ਮੈਨੂੰ ਗੱਲ ਕਰੀ ਤੂੰ। ਅਸੀਂ ਤਾਂ ਇਤਨਾ ਹੀ ਕਰ ਸਕਦੇ ਸੀ ਨਾ, ਹੋਰ ਕੀ ਕਰ ਸਕਦੇ, ਪਾਵਰ ਤਾਂ ਸਾਡੇ ਕੋਲ ਨਹੀਂ ਸੀ। ਮੁੜ ਕੇ ਹੁਣ ਤੂੰ ਸਾਰੀ ਜ਼ਿੰਦਗੀ ਟੀਏ ਖਾਂਦਾ ਰਹੋ, ਤੈਨੂੰ ਮਹੱਲੇ 'ਚ ਵੀ ਕਿਸੇ ਨੇ ਪੁੱਛਣਾ ਚੱਲਿਆ। ਹਾਂ ਕਿਆਮਤ ਤੱਕ ਇਕਬਾਲ ਕਹਿੰਦਾ ਇਸ਼ਕ ਸੁਲਤਾਨ ਅਸਤੋ ਬੁਰਹਾਨੇ ਮੁਬੀ, ਇਸ਼ਕ ਰਾ ਹਰ ਦੋ ਆਲਮ ਜ਼ੇਰੇ ਨਗੀ, ਲਾ ਮਕਾਨੋ ਜ਼ੋ ਲਾ ਮਕਾਨੋ ਜ਼ੇਰੋ ਬਾਲਾ ਯਜ਼ੂ, ਔਰ ਲਾ ਜ਼ਮਾਨੋ ਜ਼ੇਰੋ ਬਾਲਾ ਯਜ਼ੂ। ਇਕਬਾਲ ਕਹਿੰਦਾ ਇਸ਼ਕ ਹੈ ਲਾ ਜ਼ਮਾਨ ਹੈ ਲਾ ਮਕਾਨ, ਲੇਕਿਨ ਕਿਆਮਤ ਤੱਕ ਜਿਹਦਾ ਨਾਂ ਰਹਿਣਾ ਹੈ ਅਸਪਰੋ ਦੀ ਗੋਲੀਆਂ ਦੇਣ ਨਾਲ, ਆਪਣੀ ਕਸਮ ਉਠਵਾ ਕੇ ਬਿਸ਼ੱਕ ਚਲੇ ਜਾਓ ਸਵੇਰੇ ਕਰਾਚੀ ਅਬਦੁਸਤਾਰ ਈਦੀ ਦੀ ਕਬਰ ਪੁੱਛੋ, ਇੱਕ ਬੰਦਾ ਵੀ ਹੋਇਆ ਕੋਈ ਫਾਤਿਹਾ ਪੜਨ ਵਾਲਾ ਤਾਂ ਗੱਲ ਕਰ ਦੇਣਾ। ਮੁਮਤਾਜ਼ ਦੀ ਕਬਰ ਤੇ ਜਾਓ, ਹਾਂਜੀ ਅਬਦੁਸਤਾਰੀ ਦੀ ਭਾਵੇਂ ਅਰਬਾਂ ਰੁਪਏ ਲਾਏ ਲੇਕਿਨ ਨਾ ਸਿਰਫ ਹਜ਼ੂਰ ਦੀ ਵਜ੍ਹਾ ਤੋਂ ਰਹਿ ਸਕਦਾ, ਅਸਪਰੋ ਦੀ ਗੋਲੀ ਦੇਣ ਨਾਲ ਨਾ ਨਹੀਂ ਰਹਿੰਦਾ। ਅਲ ਇਲਮੁਦੀਨ ਤਰਖਾਣ ਦਾ ਪੁੱਤਰ ਹੋ ਕੇ ਪੀਰ ਜਮਾਤ ਅਲੀ ਸ਼ਾਹ ਸਾਹਿਬ ਪੈਰ ਕਿਉਂ ਚੁੰਮੇ, ਇਹ ਦੱਸ ਕੇ ਦੁਨੀਆ ਚੀਖ ਉੱਠੀ ਹਜ਼ੂਰ ਸੈਯਦ ਹੋ ਕੇ ਤਰਖਾਣ ਦੇ ਪੁੱਤਰ ਦੇ ਪੈਰ ਚੁੰਮੇ, ਪਰ ਮੈਂ ਇਸ ਵਾਸਤੇ ਚੁੰਮੇ ਨੇ ਮੇਰੇ ਨਾਨੇ ਦੀ ਇੱਜ਼ਤ ਦੇ ਪੈਰਾਂ 'ਚ ਦਿੱਤਾ ਤਾਂ ਚੁੰਮੇ ਨੇ ਪੈਰ। ਬੁੱਢੇ ਸੈਯਦ ਵੀ ਸਾਡੇ ਨਾਲ ਇਹ ਗੱਲ ਕਰ ਗਏ ਕਿ ਅਸਾਂ ਪੈਰ ਚੁੰਮੇ ਤੇ ਇਸ ਵਾਸਤੇ ਚੁੰਮੇ, ਅਸਾਂ ਮੁਮਤਾਜ਼ ਦੇ ਪੈਰਾਂ ਉੱਤੇ ਪਗੜੀ ਰੱਖੀ ਤਾਂ ਕਿਸੇ ਹੋਰ ਗੱਲ ਦੀ ਵਜ੍ਹਾ ਤੋਂ ਰੱਖੀ। ਕਿਉਂ ਜੀ 5000 ਬੰਦਾ ਨਹੀਂ ਅਬਦੁਸਤਾਰੀ ਦੀ ਦੇ ਜਨਾਜ਼ੇ ਜਾ ਸਕਿਆ, ਇਹ ਜਿਹੜਾ ਜਹਾਜ਼ ਡੱਠਾ ਚੂੰ ਚੂੰ ਕਰਦਿਆਂ ਮੁਮਤਾਜ਼ ਕਾਦਰੀ ਦੇ ਜਨਾਜ਼ੇ ਦੀਆਂ ਜਨਾਬ ਤਸਵੀਰਾਂ ਨਾਲ ਲਾਈ ਫਿਰਦੇ। ਮੈਂ ਕਿਹਾ ਡਾਕੂਓ ਉਹ ਜਹਾਜ਼ ਡਵਣੇ ਨਾਲ ਜਨਾਬ ਜਨਾਜ਼ਾ ਕੋਈ ਨਹੀਂ ਪੜਦਾ, ਜਨਾਜ਼ਾ ਇੱਕੋ ਵਜ੍ਹਾ ਤੋਂ ਪੜਦਾ ਕਿ ਮੁਹੰਮਦ ਸੇ ਵਫਾ ਤੂ ਨੇ ਤੋ ਹਮ ਤੇਰੇ। ਕਿਹੜੇ ਦੀਨ ਦੀਆਂ ਤਰਜਮਾਨੀਆਂ ਕਰਦੇ ਹੋ, ਜਨਾਜ਼ੇ ਵਿੱਚ ਚੋਰੀ ਮੁਮਤਾਜ਼ ਕਾਦਰੀ ਦੇ ਜਨਾਜ਼ੇ ਦੀ ਤਸਵੀਰ ਲਾਈ ਫਿਰਦੇ ਹੋ, ਕਿਉਂ ਜੀ ਉਹ ਮੈਟਰੋ ਦੀ ਤਸਵੀਰ ਵਿੱਚ ਆਈ ਖੜੀ, ਉਹ ਪਿੰਡੀ ਵਾਲੇ ਮੈਟਰੋ ਦੀ, ਕਰਾਚੀ ਤੇ ਮੈਟਰੋ ਅਜੇ ਬਣੀ ਕੋਈ ਨਹੀਂ, ਜਨਾਜ਼ਾ ਕਰਾਚੀ ਹੋਇਆ। ਉਹ ਡਾਕੂ ਉਹ ਐਡੇ ਵੱਡੇ ਮੁਜਰਮ, ਜੇ ਜਨਾਜ਼ਾ ਵੱਡਾ ਕਰਵਾਉਣਾ ਸੀ, ਕਿਉਂ ਜੀ ਰਜ਼ਾ ਜੋ ਦਿਲ ਕੋ ਬਣਾਉਣਾ ਥਾ ਜਲਵਗਾਏ ਹਬੀਬ ਤੋ ਪਿਆਰੇ ਕਹਦੇ ਖੁਦੀ ਸੇ ਰਹੀਦਾ ਹੋਣਾ ਥਾ। ਆਜ ਲੋਕ ਬਾਤੇ ਕਰਤੇ ਐਸੀ ਐਸੀ ਜਨਾਬ, ਇੱਕੋ ਕਾਇਨਾਤ ਚ ਵੱਡਾ ਜਨਾਜ਼ਾ, ਦੱਸੋ ਜੀ ਮੁਮਤਾਜ਼ ਦੇ ਜਨਾਜ਼ੇ ਤੇ ਜਿਤਨੀ ਪਾਬੰਦੀ ਕਿਧਰੇ ਹੋਈ, ਇੱਥੋਂ ਚੱਲੇ ਪੰਪ ਬੰਦ ਕਰ ਦਿੱਤੇ, ਰੋਡ ਬੰਦ ਕਰ ਦਿੱਤੇ, ਮੋਟਰਵੇ ਬੰਦ ਕਰ ਦਿੱਤੀ, ਇੰਜ ਹੋ ਗਿਆ ਇੰਜ ਹੋ ਗਿਆ ਇੰਜ ਹੋ ਗਿਆ, ਉਹ ਖਬਰ ਨਹੀਂ ਆਣ ਦਿੱਤੀ, ਰਾਤੋ ਰਾਤ ਮੁੰਡਾ ਫੱਟੇ ਚੜਾ ਦਿੱਤਾ। ਇਹਨਾਂ ਕੀ ਸਮਝਿਆ ਮੁਮਤਾਜ਼ ਦਾ ਜਨਾਜ਼ਾ ਨਹੀਂ ਹੋਣਾ, 60 ਲੱਖ ਬੰਦਾ ਮਹਦੂਦ ਜਿਹੜੀ ਮੈਂ ਗੱਲ ਕਰਨਾ, 60 ਲੱਖ ਬੰਦਾ ਆ ਗਿਆ, ਕੌਣ ਲਿਆਇਆ, ਇਸਲਾਮ ਆਪਣੀ ਪਾਵਰ ਨਾਲ ਲਿਆਇਆ, ਸੁਭਾਨ ਅੱਲਾਹ, ਇਸਲਾਮ ਦੀ ਪਾਵਰ ਵੇਖੀ ਕਦੀ ਕਿਸੇ ਨੇ, ਇਸਲਾਮ ਬਹੁਤ ਡਾਢਾ ਹੈ, ਉਹ ਚੁੱਕ ਵੀ ਬੰਦੇ ਨੂੰ ਦਿੰਦਾ ਤੇ ਉਲਟਾ ਵੀ ਦਿੰਦਾ। ਜਿਹੜੇ ਗੱਦਾਰੀਆਂ ਕਰਨੇ ਨੇ ਮਤ ਸਮਝਣ ਕਿ ਅਸਾਂ ਮਸੀਤਾਂ ਬਚਾ ਲਈਆਂ, ਮੁਮਤਾਜ਼ ਦਾ ਨਾਂ ਨਹੀਂ ਲਿਆ, ਅਸਾਂ ਗੱਦੀਆਂ ਬਚਾਈਆਂ, ਮੁਮਤਾਜ਼ ਦਾ ਨਾਂ ਨਹੀਂ ਲਿਆ, ਗੱਦੀ ਬਚ ਜਾਏ ਬੱਚੋ ਕੁਛ ਵੀ ਨਹੀਂ ਬਚਣਾ, ਬਚਣਾ ਉਹੀ ਕੁਛ ਹੈ ਜੋ ਰਸੂਲullah ਦੇ ਨਾਂ ਉੱਤੇ ਜਾਏਗਾ, ਸੁਭਾਨ ਅੱਲਾਹ। ਇਹਨਾਂ ਜਾਂਦਿਆਂ ਜਾਂਦਿਆਂ ਨੂੰ ਕੁਝ ਹੋ ਜਾਣਾ, ਸਾਨੂੰ ਤਾਂ ਹੱਥਕੜੀ ਲੱਗੀ, ਮਜ਼ਾ ਆਇਆ, ਮੈਂ ਕਿਉਂ ਜੀ ਮੈਨੂੰ ਕਰਾਚੀ ਏਅਰਪੋਰਟ ਤੋਂ ਪਤਾ ਲੱਗ ਗਿਆ ਸੀ ਮੈਂ ਲਾਹੌਰ ਜਾ ਕੇ ਗ੍ਰਿਫਤਾਰ ਹੋਣਾ, ਮੇਰੀ 8 ਵਜੇ ਦੀ ਫਲੈਟ ਸੀ, ਮੈਂ ਜਦੋਂ ਪਹੁੰਚਿਆ ਤਾਂ ਉਹਨੇ ਕਿਹਾ ਆਪਕੀ ਸੀਟ ਹੀ ਕੋਈ ਨਹੀਂ, ਸੀਟ ਤਾਂ ਐਸੀ, ਮੇਰੇ ਪਿੱਛੋਂ ਜਿਹੜੇ ਜਾ ਰਹੇ ਸਨ ਉਹ ਬਹਿ ਰਹੇ ਸਨ, ਮੈਨੂੰ ਕਹਿੰਦੇ ਆਪਕੀ ਸੀਟ ਨਹੀਂ ਹੈ, ਮਤਲਬ ਇਹ ਥਾ ਕਿ ਬਈ ਬੱਚ ਜਾ ਲਾਹੌਰ ਗ੍ਰਿਫਤਾਰ ਹੋਣੀ। ਮੈਂ ਕਿਹਾ ਨਹੀਂ 11 ਵਜੇ ਵਾਲੀ ਮੈਂ ਫਿਰ ਜਾਣਾ, ਕਈ ਮੌਲੀ ਮਸੀਤੀ ਹੋਈ ਨਹੀਂ ਆਉਂਦੇ, ਕਹਿੰਦੇ ਮੇਰੇ ਢਿੱਡ 'ਚ ਦਰਦ ਸੀ, ਮੈਂ ਆਖੋ ਮੇਰੀ ਤਾਂ ਮਾਜ਼ੂਰੀ ਵੀ ਸੀ ਤੇ ਮੈਂ ਇਹ ਵੀ ਚੂੰਕਿ ਸੀਟ ਨਹੀਂ ਮਿਲੀ, ਚੂੰਕਿ ਇਸ ਲਈ ਮੈਂ ਚੂੰਕਿ ਲਾਹੌਰ ਨਹੀਂ ਆਇਆ। ਮੈਂ ਕਿਹਾ ਨਾ 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 11 ਵਜੇ ਮੈਂ ਫਿਰ ਜਾਣਾ, ਜੇ 11 ਵਜੇ ਹਟਾਉਂਦੇ ਅਗਲੀ ਵਜੇ ਫਿਰ ਆਉਣਾ ਸੀ 11 ਵਜੇ, ਉਹਨਾਂ ਕਿਹਾ ਤਾਂ ਨਹੀਂ ਜਾਣ ਛੱਡਦਾ, ਕਹਿੰਦੇ ਬੈਠ ਜਾਓ। ਮੈਂ ਜਦੋਂ ਲਾਹੌਰ ਉਤਰਿਆ ਤਾਂ ਸਿਵਲ ਕੱਪੜਿਆਂ 'ਚ ਪੁਲਿਸ ਅੰਦਰ ਆ ਗਈ, ਜਹਾਜ਼ ਦੇ ਵਿੱਚ ਆ ਗਈ, ਮੈਨੂੰ ਪਤਾ ਸੀ ਮੈਨੂੰ ਨੱਪਣਾ ਹੈ,
मैं उन्होंने महसूस ही नहीं होने दिता भाई तुम आयो। एक पी आई ए का मुलाजिम मेरे को रंग उड़िया और मैं आखो व्हीलचेयर क्यों ना लिया रहे हो, कहने लगा पुलिस आई खड़ी। और मैं आखा तू ना घबरा मेरे वास्ते आई खड़ी, तू भी घबराई ओदे सा सुके होए। मैं आखा तू ना घबरा तू शुक्र है जांदे मैनू जांदे मेरे को रुके भी नहीं, मतलब मैं भी ना नप्या जाऊं कोई गल लबई 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 लुत्फे सजन तवज्जो या रसूल लुत्फे सजन दम बदम कारे सजन गा गा इंज भी सजन वाह वाह ते इंज भी सजन वाह वाह क्यों जी है कि नहीं। अच्छा जी इंज ही गल है बस इतनी बात है। मैनू लाहौर का वड्डा अफसर कहन लगा पुलिस का मैं ना नहीं लैंदा मैं बेचारा परेशान होना। मैनू एयरपोर्ट से उतरिया तो अगर आप कलमा चौक की तरफ नहीं आएंगे तो आपको गिरफ्तार नहीं किया जाएगा। मैं कहा मैं कलमा चौक की तरफ ही आ रहा हूं। मैं कहा मैं कराची आए गिरफ्तार होने वास्ते चले तैनू कि नहीं क्या। मैं कहा बचना होता तो उत्तर कराची लंबे पै जाते कोठिया में कहते जनाब चूंकि ऐसे था तो फिर चूंकि ऐसे था तो चूंकि फ्लैट नहीं मिली तो चूंकि फ्लैट नहीं मिली लिहाजम अली खादिम सो गया। मैं कहा चूंकि फ्लैट क्यों नहीं मिली क्यों जनाब आ जाएंगे फिर क्या होगा। मैं फिर सारी रात भुखा रहा राती 3 बजे रोटी खाधी मैंने रोटी भी ना दी पानी भी दिता चाय भी दी बिस्कुट भी दिते। मैं कहा ना ना अज नहीं खाना थोड़े हथ तो फिर बाद वाली गल है वह तो पहले मैं गल कर ज रहा हाँ आखिर तो फिर मदीना पाक अजवा खजूर का डब्बा लिया है उन्हें समझा मौलवी दे तो डह पवेगा। मैं कहा गल विच हो रे इनू डाण वास्ते भी बहुत सादा सा है उसूल है दोस्ती कौसर अपना लंबा चौड़ा कोई ऐसे 20 पॉइंट नहीं लिखे हुए एको पॉइंट है यारी दा भी ते दुश्मनी दा भी बहुत सादा सा है उसूले दोस्ती कौसर अपना जो उनसे बेताल्लुक हमारा हो नहीं सकता। एको यारी दा दुश्मनी दा यार बस मैंने कह दे अजवा खजूर तो खा ले। मैं आखा चले हो एक किसी और पट्टू पाना। मैं उन्होंने कहा मैं आखा चलिया खजूर भी मैं उदे हथों खादा मदीने दियाँ जे दिल अजमत मुस्तफा हो नहीं खादा। मैं फिर मैं 1 बजे एक पुलिस आले अल्लाह उदो भला करे 1 बजे मैं एक पुलिस आले पैसे दिते मेरे नाल होर भी बेचारे नाल मारे गए मुफ्त और मैं नहीं सी खादा तो ये भी नहीं सन खाते उस्ताद नहीं खाते तो हम भी नहीं खाए बिचो इन्होंने तेन दिल से भाई ये तो मरे सानू भी मारू है इंज। मैं उन्होंने कहा मैं इन्हें कहा अस भी नहीं खाने। फिर असी राती 3 बजे एक पुलिस वाले मैं 1000 रुपया दिता। मैं यार रोटी लिया अस उस वे दाल मंगा के रोटी मंगा के खा ली लुत्फे सजन कारे सजन पक्की हुई बिरयानिया भी वाह वाह जेल की रोटी भी वाह वाह क्यों जी बिरयानी मिले तो माशाल्लाह ये बहुत अच्छी है तो जेल की रोटी मिले तो ये कहाँ से आई है ये भी उधर से ही आई है। हाँ लुत्फे सजन दम बदम कारे सजन गा गा इंज भी सजन। ये परवेज मुशरफ के दौरे च ना मैं इतने कोतवाली है ना सी आई ए इतने मैं लै गए। मैं पुलिस वाले क्या मैं यार रोटी लियाओ उन्होंने पैसे दिते रोटी लिया छापर मैं क्या यार प्लेट लियाओ कहना खानी है तो छापर जी रो प्लेट शलेट कोई नहीं। मैं क्या अच्छा यार खानी है कि नहीं खानी मैं नहीं खानी तो है। मैं जो एन रोटी बन के छापर हाथ पाया ना शैतान तो बंदे नाल आंदा ना मैं आख लै मौली खादिम तैनू कहने की असी जी गुफ्तगू कर हूँ छापर खा रोटी। फिर फौरन मेरे जबान से शेर जारी होया मैं क्या जला हो सारी जिंदगी सोनिया प्लेटा च रोटी खाधी लुत्फे सजन दम बदम कारे सजन। फिर मैं हाथ च रोटी बन के छापर पाया मैं क्या इंज भी सजन वाह वाह